ਹੁਣ ਆਪਾਂ ਟਰੱਕਿੰਗ ਵਾਲਾ ਲਾਈਏ ਰਮਨ ਜੀ। ਅੱਜ ਸਭ ਤੋਂ ਪਹਿਲਾਂ ਮੇਨ ਨਿਊਜ਼ ਟਰੱਕਿੰਗ ਦੇ ਨਾਲ ਰਿਲੇਟਡ AV5 ਨੂੰ ਲੈ ਕੇ ਹੈਗੀ ਆ। ਜੀ CTA ਤੇ OIDA ਜੋ ਆ ਦੋਨੇ ਫਾਈਟ ਕਰ ਰਹੇ ਸੀ, ਪਰ ਜੱਜ ਨੇ ਉਹ ਫੇਰ ਚੱਕ ਕੇ ਉਹਨਾਂ ਨੂੰ ਪਰੇ ਮਾਰਿਆ ਤੇ US ਜੀ ਡਿਸਟ੍ਰਿਕਟ ਬਿਲਕੁਲ ਕੋਰਟ ਆਫ ਸਦਰਨ ਡਿਸਟ੍ਰਿਕਟ ਜਿਹੜਾ ਕੈਲੀਫੋਰਨੀਆ ਦਾ ਆ, ਉਹਨ ਸਾਰੇ ਆਰਗੂਮੈਂਟ ਜਿਹੜੇ ਆ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਦੇ ਤੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਦੇ ਰਿਜੈਕਟ ਕਰ ਦਿੱਤੇ ਆ ਤੇ ਹੁਣ ਜੀ ਕੱਲ ਤੱਕ ਅਪੀਲ ਕਰ ਸਕਦੇ ਆ। ਕੀ ਇਹਦੇ ਵਿੱਚ ਕਿੰਨਾ ਕੁ ਚਾਂਸ ਹੈਗੇ ਆ? ਇਹ ਹਜੋ ਤਾਂ ਜੀ ਬਿਲਕੁਲ ਡੈਫੀਨੇਟਲੀ ਇਹ 15 ਤਰੀਕ ਦੀ ਇਹ ਆਪਣਾ ਹੈਗਾ ਆ ਡਿਸੀਜਨ ਹੈਗਾ। ਜੀ ਸੇਮ ਜੱਜ ਆ ਜੱਜ ਰੋਜਰ ਬੈਨੀਟਸ ਜਿਨ੍ਹਾਂ ਨੇ 2020 ਦੇ ਵਿੱਚ ਜਦੋਂ ਇੱਥੇ ਰੋਕ ਲਾਈ ਸੀਗੀ ਇੰਜੰਕਸ਼ਨ ਦੀ, ਸੋ ਸੇਮ ਉਹ ਹੀ ਜੱਜ ਆ। ਸੋ ਉਹਨਾਂ ਨੇ ਸਾਰੀ ਆਰਗੂਮੈਂਟ ਜਿਹੜੀ ਆ ਉਹ ਡਿਨਾਏ ਕਰ ਦਿੱਤੀ ਹੈਗੀ ਆ ਤੇ ਜਿਹੜਾ ਕੇਸ ਆ ਉਹ ਰਿਜੈਕਟ ਕਰ ਦਿੱਤਾ ਹੈਗਾ। ਸੋ ਇੱਥੇ ਹੁਣ ਜਿਹੜੀ ਇਹ ਸਿਚੁਏਸ਼ਨ ਕੀ ਆ ਕਿ ਹੁਣ ਦੋਨੋਂ ਜਿਹੜੀਆਂ CTA ਤੇ OIDA ਹੈਗੀ ਆ ਉਹਨਾਂ ਦੇ ਵੱਲੋਂ ਇਹਨੂੰ ਅਪੀਲ ਕਰਨ ਦਾ ਜਾਂ ਕੁਛ ਵੀ ਉਹ ਕਰਨ ਦਾ ਜਿਹੜਾ ਆ ਉਹ ਅਜੇ ਤੱਕ ਕੋਈ ਉਹਨਾਂ ਵੱਲੋਂ ਇਸ਼ਾਰਾ ਨਹੀਂ ਆਇਆ। ਔਰ ਜਿਹੜਾ ਇਹ ਕਲੇਮ ਹੈਗਾ ਜੇ ਇਹ ਫਾਈਨਲ ਡਿਨਾਇਲ ਹੈਗੀ ਆ, ਇਸ ਵੇਲੇ ਫਾਈਨਲ ਤਾਂ ਨਹੀਂ, ਚਲੋ ਅਪੀਲ ਕਰ ਸਕਦੇ ਆ, ਬਟ ਇਟ ਵਿਲ ਯੂ ਨੋ ਫਿਰ ਉਹੀ ਲੰਮਾ ਚੌੜਾ ਕੇਸ ਆ ਤੇ ਇਟ ਕਾਸਟ ਲਾਟ ਆਫ ਮਨੀ। ਤੇ ਸੋ ਮੇਰੇ ਖਿਆਲ ਦੇ ਵਿੱਚ ਹੈ ਕਿ ਇਹ ਜਿਹੜੀ ਆ ਅਨਫੋਰਚੁਨੇਟਲੀ ਦੋਨਾਂ ਦੇ ਵੱਲੋਂ ਕੋਈ ਜ਼ਿਆਦਾ ਇੰਨਾ ਉਤਸ਼ਾਹ ਨਹੀਂ ਦੇਖਣ 'ਚ ਮਿਲਿਆ ਤੇ ਹੋ ਸਕਦਾ ਇਹ ਫਾਈਨਲ ਡਿਸੀਜਨ ਹੋਵੇ AB5 ਦੇ ਉੱਤੇ। ਜੀ ਸੋ ਬਿਲਕੁਲ ਜੋ ਖਬਰਾਂ ਇਹ ਆ ਰਹੀਆਂ ਵੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਆ ਤੇ ਨਾਲ OIDA ਜੋ ਹੈਗੀ ਆ ਕੈਲੀਫੋਰਨੀਆ ਦੀ ਟਰੱਕਿੰਗ ਐਸੋਸੀਏਸ਼ਨ ਤੇ OIDA ਹਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਅਪੀਲ ਕਰੀਏ ਜਾਂ ਨਾ ਕਰੀਏ। ਕੱਲ ਤੱਕ ਉਹਨਾਂ ਨੂੰ ਕਰਨੀ ਪੈਣੀ ਆ ਫਰਾਈਡੇ ਤਾਈਂ ਜੇ ਉਹ ਅਪੀਲ ਕਰਦੇ ਹੈਗੇ ਆ। ਪਰ ਇਹਦੇ ਉੱਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਆਸ ਸੀ ਵੀ ਜਿਹੜਾ ਜੱਜ ਆ ਉਹ ਡਿਸੀਜਨ AB5 ਦੇ ਉਲਟੇ ਦਊਗਾ, ਪਰ ਅਲਟੀਮੇਟਲੀ ਜਿਹੜਾ ਆ ਹੁਣ ਦੇਖਦੇ ਆ ਵੀ ਕੱਲ ਤੱਕ ਅਪੀਲ ਹੁੰਦੀ ਆ ਜਾਂ ਫਿਰ ਪਰਮਾਨੈਂਟਲੀ ਜਿਹੜਾ AB5 ਆ ਉਹ ਕੈਲੀਫੋਰਨੀਆ ਦੇ ਵਿੱਚ ਲਾਗੂ ਹੋ ਜਾਂਦਾ ਹੈ। ਇਹਦੇ ਵਿੱਚ ਕਿਉਂਕਿ ਇੱਥੇ ਥੋੜੀ ਜਿਹੀ ਇਸ ਕਰਕੇ ਵੀ ਆਸ ਸੀਗੀ ਕਿਉਂਕਿ ਸੇਮ ਜੱਜ ਸੀ ਜਿਹਨੇ ਪਹਿਲਾਂ ਇੱਥੇ ਸਟੇ ਲਾਈ ਸੀਗੀ, ਸੋ ਉਹ ਸੇਮ ਜੱਜ ਦੇ ਹੋਣ ਕਰਕੇ ਕਾਫੀ ਆਸ ਸੀ ਸ਼ਾਇਦ ਇੱਥੇ ਸਟੇ ਅਜੇ ਲੱਗ ਜਾਵੇ, ਪਰ ਡੈਫੀਨੇਟਲੀ ਜਿਹੜੀ ਆ ਉਹ ਆਸ ਪੂਰੀ ਨਹੀਂ ਹੋਈ ਤੇ ਸੋ ਇਹ ਜਿਹੜਾ ਹੈਗਾ CTA ਆਪਣਾ ਸੋਰੀ AB5 ਜਿਹੜਾ ਹੈਗਾ ਇਹ ਬਿਲਕੁਲ ਜਿਹੜਾ ਇਸ ਤੋਂ ਬਾਅਦ ਜੇ ਕੱਲ ਅਪੀਲ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਫਿਰ ਫੁੱਲੀ ਇਨਫੋਰਸੇਬਲ ਪਹਿਲਾਂ ਹੀ ਸੀਗਾ, ਬਟ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਟੇਟ ਆਫ ਕੈਲੀਫੋਰਨੀਆ ਉਹ ਕਿਤੇ ਨਾ ਕਿਤੇ ਰੁਕ ਜਾਂਦੀ ਸੀ। ਸੋ ਇਹਦਾ ਇੱਕ ਵਾਰੀ ਫਿਰ ਦੱਸਦੇ ਜਾਈਏ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਕਿ ਜਿਹੜਾ AB5 ਲਾਅ ਹੈਗਾ ਇਹਦੇ ਵਿੱਚ ਜਿਹੜਾ ਟਰੱਕਿੰਗ ਕੰਪਨੀ ਹੈਗੀ ਆ ਜਾਂ ਜਿਹੜਾ ਇੰਪਲੋਇਰ ਹੈਗਾ ਇਹ ਉਹਦੇ ਲਈ ਲਾਅ ਹੈਗਾ ਕਿ ਇੰਪਲੋਇਰ ਨੇ ਆਈਡੈਂਟੀਫਾਈ ਕਰਨਾ ਜਦੋਂ ਉਹਨੇ ਕਿਸੇ ਨੂੰ ਹਾਇਰ ਕਰਨਾ ਆ ਕਿ ਉਹਦਾ ਇੰਡੀਪੈਂਡੈਂਟ ਕੰਟਰੈਕਟਰ ਆ ਜਾਂ ਉਹਦਾ ਇੰਪਲੋਈ ਆ। ਸੋ ਇਹਦੇ ਵਿੱਚ ਬਹੁਤ ਜਣਿਆਂ ਦੇ ਵਿੱਚ ਇਹ ਚੀਜ਼ ਇਹ ਸੋਚ ਹੈਗੀ ਆ ਕਿ ਸ਼ਾਇਦ ਇਹ ਓਨਰ ਓਪਰੇਟਰ ਵਾਸਤੇ ਲਾਅ ਆ, ਇਹ ਲਾਅ ਜਿਹੜਾ ਹੈਗਾ ਇਹ ਟਰੱਕਿੰਗ ਕੰਪਨੀ ਜਾਂ ਇੰਪਲੋਇਰ ਵਾਸਤੇ ਹੈਗਾ। ਸੋ ਇਹਦੇ ਵਿੱਚ ਜਦੋਂ ਟਰੱਕਿੰਗ ਕੰਪਨੀ ਨੇ ਕਿਸੇ ਨੂੰ ਹਾਇਰ ਕਰਨਾ ਹੈ, ਆਪਾਂ ਸਪੈਸੀਫਿਕਲੀ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ, ਸੋ ਜਦੋਂ ਟਰੱਕਿੰਗ ਕੰਪਨੀ ਨੇ ਕਿਸੇ ਨੂੰ ਹਾਇਰ ਕਰਨਾ ਆ ਉਹਨੇ ਇਹ ਦੇਖਣਾ ਆ ABC ਟੈਸਟ ਜਿਹੜਾ ਆ ਉਹ ਯੂਜ਼ ਕਰਨਾ ਆ ਟੂ ਮੇਕ ਸ਼ੋਰ ਕਿ ਜਿਹਨੂੰ ਹਾਇਰ ਕਰ ਰਿਹਾ ਉਹ ਇੰਡੀਪੈਂਡੈਂਟ ਕੰਟਰੈਕਟਰ ਆ ਜਾਂ ਉਹ ਇੰਪਲੋਈ ਆ। ਹੁਣ ਇਹਦੇ ਵਿੱਚ ABC ਟੈਸਟ ਕੀ ਆ? ABC ਟੈਸਟ ਦੇ ਵਿੱਚ ਜਿਹੜਾ ਏ ਪ੍ਰੋਂਗ ਹੈਗੀ ਆ ਉਹ ਹੈਗੀ ਆ ਕਿ ਦੈਟ ਦਾ ਵਰਕਰ ਇਜ਼ ਫ੍ਰੀ ਫਰੋਮ ਦਾ ਕੰਟਰੋਲ ਐਂਡ ਡਾਇਰੈਕਸ਼ਨ ਆਫ ਦਾ ਹਾਇਰਰ ਇਨ ਦਾ ਕਨੈਕਸ਼ਨ ਵਿਦ ਦਾ ਪਰਫਾਰਮੈਂਸ ਆਫ ਵਰਕ ਬੋਥ ਅੰਡਰ ਦਾ ਕੰਟਰੈਕਟ ਫੋਰ ਦਾ ਪਰਫਾਰਮੈਂਸ ਆਫ ਸੱਚ ਵਰਕ ਐਂਡ ਇਨ ਫੈਕਟ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਰਕਰ ਜਿਹਨੂੰ ਹਾਇਰ ਕਰਨਾ ਉਹ ਉਹਨਾਂ ਦੇ ਡਾਇਰੈਕਟ ਕੰਟਰੋਲ ਤੇ ਡਾਇਰੈਕਸ਼ਨ ਦੇ ਵਿੱਚ ਨਹੀਂ ਹੋਣਾ ਚਾਹੀਦਾ। ਜੇ ਉਹ ਡਾਇਰੈਕਟ ਕੰਟਰੋਲ ਜਾਂ ਉਹਦੇ ਵਿੱਚ ਹੈਗਾ ਤੇ ਦੈਨ ਉਹ ਇੰਪਲੋਈ ਹੈਗਾ, ਉਹ ਇੰਡੀਪੈਂਡੈਂਟ ਕੰਟਰੈਕਟਰ ਨਹੀਂ ਹੈਗਾ। ਉਸ ਤੋਂ ਬਾਅਦ ਜਿਹੜੀ ਪ੍ਰੋਂਗ ਬੀ ਹੈਗੀ ਆ ਜਿਹੜੀ ਕਿ ਸਾਰਿਆਂ ਨੂੰ ਜ਼ਿਆਦਾ ਸਾਡੀ ਪ੍ਰੋਬਲਮੈਟਿਕ ਹੈਗੀ ਆ ਆਪਣੇ ਟਰੱਕਿੰਗ ਇੰਡਸਟਰੀ ਲਈ,
ਪ੍ਰੋਂਗ ਬੀ ਕਹਿੰਦੀ ਆ ਦਾ ਵਰਕਰ ਪਰਫੋਰਮ ਵਰਕ ਦੈਟ ਇਜ਼ ਆਊਟਸਾਈਡ ਆਫ ਦਾ ਯੂਜੁਅਲ ਕੋਰਸ ਆਫ ਦਾ ਹਾਇਰਿੰਗ ਐਂਟੀਟੀ ਬਿਜ਼ਨਸ। ਕਹਿਣ ਦਾ ਭਾਵ ਇਹ ਆ ਕਿ ਜਿਹੜੇ ਜਿਹੜੇ ਉਹਨੂੰ ਹਾਇਰ ਕੀਤਾ ਆ, ਜਿਹੜਾ ਜਿਹੜਾ ਬੰਦਾ ਹਾਇਰ ਕਰਨ ਵਾਲਾ ਆ, ਜੋ ਬਿਜ਼ਨਸ ਕਰਦਾ ਆ, ਜਿਹਨੂੰ ਹਾਇਰ ਕੀਤਾ ਆ, ਉਹਦਾ ਬਿਜ਼ਨਸ ਤੇ ਦੋਨਾਂ ਦਾ ਬਿਜ਼ਨਸ ਸੇਮ ਨਹੀਂ ਹੋਣਾ ਚਾਹੀਦਾ, ਸੇਮ ਲਾਈਨ ਆਫ ਬਿਜ਼ਨਸ ਨਹੀਂ ਹੋਣੀ ਚਾਹੀਦੀ। ਜਿੱਦਾਂ ਇੱਕ ਟਰੱਕਿੰਗ ਕੰਪਨੀ ਦੂਜੇ ਓਨਰ ਆਪਰੇਟਰ ਨੂੰ ਹਾਇਰ ਕਰਦੀ ਆ ਲੋਡ ਕਰਨ ਵਾਸਤੇ, ਉਹ ਨਹੀਂ ਕਰ ਸਕਦੀ। ਇੱਕ ਬ੍ਰੋਕਰ ਜਿਹੜਾ ਹੈਗਾ, ਇੰਡੀਪੈਂਡੈਂਟ ਬ੍ਰੋਕਰ ਹੈਗਾ ਜਿਹੜਾ, ਉਹ ਇੱਕ ਟਰੱਕਿੰਗ ਕੰਪਨੀ ਨੂੰ ਹਾਇਰ ਕਰ ਸਕਦਾ ਹੈਗਾ, ਜਾਂ ਇੱਕ ਟਰੱਕਿੰਗ ਕੰਪਨੀ ਜਿਹੜੀ ਆ ਲੋਡ ਜਿਹੜੀ ਟਰੱਕਿੰਗ ਨੂੰ ਦੂਜੀ ਕੰਪਨੀ ਦਿੰਦੀ ਆ, ਉਹ ਪ੍ਰੋਂਗ ਬੀ ਦੇ ਵਿੱਚ ਆਉਂਦੀ ਆ। ਸੋ ਉਹਦੇ ਤੇ ਏਬੀਸੀ ਟੈਸਟ ਫੇਲ ਹੁੰਦਾ ਹੈ ਤੇ ਏਬੀ 5 ਲਾਗੂ ਹੁੰਦਾ। ਜਿਹੜੀ ਸੀ ਪ੍ਰੋਂਗ ਹੈਗੀ ਆ, ਉਹ ਹੈਗੀ ਆ ਦ ਵਰਕਰ ਇਜ ਕਸਟਮਰਲੀ ਇੰਗੇਜ ਇਨ ਦਾ ਇੰਡੀਪੈਂਡੈਂਟਲੀ ਇਸਟੈਬਲਿਸ਼ ਟ੍ਰੇਡ ਆਕੂਪੇਸ਼ਨ ਔਰ ਬਿਜ਼ਨਸ ਐਟ ਦਾ ਸੇਮ ਨੇਚਰ ਐਸ ਦਾ ਵਰਕ ਪਰਫੋਰਮਡ ਫੋਰ ਦਾ ਹਾਇਰਿੰਗ ਐਂਟੀਟੀ। ਸੋ ਇਹ ਵੀ ਜਿਹੜੀ ਚੀਜ਼ ਆ, ਇਹ ਸੇਮ ਆ ਕਿ ਉਹ ਇੰਡੀਪੈਂਡੈਂਟਲੀ ਆਪਰੇਟਡ ਹੋਵੇ, ਆਕੂਪੇਸ਼ਨ ਜਿਹੜੀ ਉਹਦੀ ਹੈਗੀ ਆ ਉਹ ਇੰਡੀਪੈਂਡੈਂਟਲੀ ਹੋਵੇ, ਸੇਮ ਨੇਚਰ ਦਾ ਜਿਹੜਾ ਹਾਇਰਿੰਗ ਐਂਟੀਟੀ ਨੇ ਜੇ ਪ੍ਰੋਵਾਈਡ ਕੀਤਾ ਆ। ਸੋ ਡਿਫਰੈਂਟ ਢੰਗ ਦੇ ਨਾਲ ਆਪਾਂ ਜੇ ਇਹਨੂੰ ਦੇਖੀਏ, ਇਹਦੇ ਵਿੱਚ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਦਿੱਤੀ ਗਈ ਸੀ, ਕਾਫੀ ਸਟ੍ਰਿਕਟ ਹੈਗੀ ਆ, ਤੇ ਉਹਦੇ ਲਈ ਵੀ ਆਪਾਂ ਕਿਸੇ ਦਿਨ ਫਿਰ ਡਿਟੇਲ ਦੇ ਵਿੱਚ ਗੱਲ ਕਰਾਂਗੇ। ਪਰ ਡੈਫੀਨੇਟਲੀ ਹੁਣ ਜਿਹੜਾ ਇਹ ਹੈਗਾ ਏਬੀ 5 ਦਾ ਜਿਹੜਾ ਲਾ ਹੈਗਾ, ਇਹ ਪ੍ਰੀਟੀ ਮੱਚ ਆਲਮੋਸਟ ਡਨ ਹੈਗਾ। ਔਰ ਜਿਹੜਾ ABC ਟੈਸਟ ਹੈਗਾ, ਇਹ ਤੁਸੀਂ ਯੂਜ ਕਰਨਾ ਹੈਗਾ ਟੂ ਫਿਗਰ ਆਊਟ ਕਿ ਜਿਹਨੂੰ ਤੁਸੀਂ ਹਾਇਰ ਕਰ ਰਹੇ ਆ ਉਹ ਤੁਹਾਡਾ ਇੰਪਲੋਈ ਆ ਜਾਂ ਇੰਡੀਪੈਂਡੈਂਟ ਕੰਟਰੈਕਟਰ ਆ। ਇੱਕ ਹੋਰ ਹਰਜੋਤ ਭਾਜੀ, ਜਿਹੜੀ ਗੱਲ ਮੈਨੂੰ ਪਿਛਲੇ ਵੀਕ ਜਿਹੜੀ ਕਾਨਫਰੰਸ ਤੇ ਗਏ ਸੀ ਉੱਥੇ ਪਤਾ ਲੱਗੀ ਆ ਜੀ, ਕਿ ਜੇ ਕੋਈ ਵੀ ਕੰਪਨੀ ਜਿਹੜੀ ਆ ਉਹ ਕਿਸੇ ਇੰਡੀਪੈਂਡੈਂਟ ਕੰਟਰੈਕਟਰ ਨੂੰ ਹਾਇਰ ਕਰਦੀ ਆ, ਤੇ ਉਹ ਇੰਡੀਪੈਂਡੈਂਟ ਕੰਟਰੈਕਟਰ ਜਿਹੜਾ ਆ ਉਹ 90 days, ਐਨੀ ਗਿਵਨ 90 days ਦੇ ਵਿੱਚ ਜੇ 60 days ਉਹਨਾਂ ਨਾਲ ਕੰਮ ਕਰਦਾ ਆ, ਤੇ ਉਸ ਕੰਪਨੀ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਉਸ ਇੰਡੀਪੈਂਡੈਂਟ ਕੰਟਰੈਕਟਰ ਦੀ ਕੰਪਲਾਇੰਸ ਕਰਵਾਉਣ ਦੀ। ਸੋ ਉਹ ਉਹਨੂੰ ਕੰਪਲਾਇੰਟ ਕੰਪਨੀ ਰੱਖਣਾ ਪੈਣੀ ਆ। ਸੋ ਉਹਦੀ ਕੰਪਲਾਇੰਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਹਾਇਰਿੰਗ ਕੰਪਨੀ ਦੀ ਬਣ ਜਾਂਦੀ ਆ। ਸੋ ਇਹ ਵੀ ਇੱਕ ਕਾਫੀ ਮਤਲਬ ਕਿ ਇੰਟਰਸਟਿੰਗ ਫੈਕਟ ਸੀਗਾ, ਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ। ਪਰ ਐਨੀ ਗਿਵਨ 90 days ਦੇ ਵਿੱਚ ਜੇ 60 days ਤੁਸੀਂ ਕਿਸੇ ਕੰਪਨੀ ਨੂੰ ਕੰਮ ਦਿੰਦੇ ਆ, ਕੰਮ ਕਰਦੇ ਆ, ਤੇ ਉਹਨਾਂ ਦੀ ਕੰਪਲਾਇੰਸ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ, ਤੇ ਤੁਸੀਂ ਉਹਨੂੰ ਕਿੱਦਾਂ ਕੰਪਲਾਇੰਟ ਕਰਨਾ ਆ ਇਹ ਤੁਹਾਡੇ ਤੇ ਆ ਜੀ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਇਸ ਸੰਬੰਧ ਦੇ ਵਿੱਚ ਕਾਲ ਕਰ ਸਕਦੇ ਹੋ, ਤੁਹਾਨੂੰ ਕੋਈ ਕਨਫਿਊਜ਼ਨ ਆ, ਕੁਐਸਚਨ ਹੈਗਾ, 408-272-5200। ਲਾਸਟ ਵੀਕ ਆਪਾਂ ਬਾਲੀਆਂ ਕਾਲਾਂ ਇਸ ਸੰਬੰਧ ਚ ਨਹੀਂ ਲੈ ਸਕਦੇ ਕਿਉਂਕਿ ਰਮਨ ਭਾਜੀ ਮੀਟਿੰਗ ਦੇ ਵਿੱਚ ਸੀ। ਸਾਡੇ ਇੱਕ ਸਰੋਤੇ ਮਨਜੀਤ ਸਿੰਘ ਸਿੰਘ ਹੁਣੀ ਕਹਿੰਦੇ ਆ, ਰਮਨ ਭਾਜੀ ਜਿੰਨਾ ਮਰਜ਼ੀ ਸਮਝਾਓ ਇਹਨੀ ਸਮਝਣਾ ਨਹੀਂ ਚਾਹੁੰਦੇ। ਨਹੀਂ, ਇਹ ਨਹੀਂ ਗੱਲ, ਆਪਾਂ ਨੈਗੇਟਿਵ ਸੈਂਸ ਚ ਨਾ ਲਈਏ। ਆਪਾਂ ਜਿਹੜਾ ਸ਼ੋਅ ਆ ਇਹਦਾ ਮੇਨ ਮਕਸਦ ਇਕੱਲਾ ਟਰੱਕਿੰਗ ਦਾ ਨਹੀਂ, ਸਾਡੇ ਜਿੰਨੇ ਵੀ ਸ਼ੋਅਜ਼ ਹੈਗੇ, ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ, ਅਪਡੇਟ ਅਮਰੀਕਾ ਜਾਂ ਅਪਡੇਟ ਕੈਲੀਫੋਰਨੀਆ ਜਾਂ ਅਪਡੇਟ ਜਿਹੜਾ ਟਰੱਕਿੰਗ ਹੋ ਗਿਆ, ਅਪਡੇਟ ਐਗਰੀਕਲਚਰ, ਸੋ ਸਾਰੇ ਸ਼ੋਅ ਆਪਾਂ ਇਸ ਹਿਸਾਬ ਨਾਲ ਸੈੱਟ ਕੀਤੇ ਆ ਕਿ ਤੁਹਾਡਾ ਜਿਹੜਾ ਪੰਜਾਬੀਆਂ ਦਾ ਕੋਈ ਇੱਕ ਮੀਡੀਆ ਆ ਜਿਹੜਾ ਤੁਹਾਨੂੰ ਐਜੂਕੇਸ਼ਨ ਦਿੰਦਾ ਆ, ਜਿਹੜਾ ਤੁਸੀਂ ਇੱਥੋਂ ਕੁਛ ਸਿੱਖ ਸਕੋ, ਉਹਨੂੰ ਲਾਗੂ ਕਰਨਾ ਜਾਂ ਨਾ ਕਰਨਾ ਉਹ ਤੁਹਾਡੀ ਮਰਜ਼ੀ ਆ ਕਿਸੇ ਦੀ ਵੀ। ਸੋ ਇਹਦੇ ਵਿੱਚ AB5 ਦਾ ਫਿਰ ਮੈਂ ਜਾਂਦੇ ਜਾਂਦੇ ਕਲੀਅਰ ਕਰਦਾ ਜਾਵਾਂ ਜਦ ਤੱਕ ਸਾਨੂੰ ਕੋਈ ਕਾਲਸ ਆਉਂਦੀਆਂ ਹੈਗੀਆਂ। ਕੈਲੀਫੋਰਨੀਆ ਟਰੱਕਿੰਗ ਦੇ ਇੱਕ ਆਫੀਸ਼ੀਅਲ ਨੇ ਕਹਿੰਦੇ ਫਰੇਟ ਵੇਵ ਨੂੰ ਦੱਸਿਆ ਕਿ ਜਿਹੜੀਆਂ ਕੰਪਨੀਆਂ ਹਜੇ ਵੀ ਲੀਜ਼ ਪਰਚੇਜ਼ ਐਗਰੀਮੈਂਟ ਦੇ ਅੰਡਰ ਡਰਾਈਵਰ ਨੂੰ ਇੰਪਲਾਈ ਕਰ ਰਹੀਆਂ ਹੈਗੀਆਂ ਆ, ਉਹ ਰੋਂਗ ਸਾਈਡ ਹੈਗੀਆਂ ਆ ਰਿਵਾਈਜ਼ ਸਟੇਟ ਐਨਫੋਰਸਮੈਂਟ ਐਫਰਟ ਦੇ। ਸੋ ਉਹਨਾਂ ਦੇ ਉੱਤੇ ਜਿਹੜੀ ਸਿਚੁਏਸ਼ਨ ਆ ਇਹ ਉਹਨਾਂ ਨੂੰ ਇਹ ਜਿਹੜਾ ਆ ਅਫੈਕਟ ਕਰੂਗਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ ਜੋ ਲੀਜ਼ ਪਰਚੇਜ਼ ਐਗਰੀਮੈਂਟ ਦੇ ਵਿੱਚ ਹੈਗੇ ਆ। ਕੈਲੀਫੋਰਨੀਆ ਟਰੱਕਿੰਗ ਕੰਪਨੀ ਦਾ ਜੋ ਲੀਜ਼ ਪਰਚੇਜ਼ ਐਗਰੀਮੈਂਟ ਆ ਕਿਸੇ ਵੀ ਟਰੱਕਿੰਗ ਕੰਪਨੀ ਦਾ, ਕਹਿੰਦੇ ਬੇਸਿਕਲੀ ਦੇ ਆਰ ਸਕਰੂਡ ਅੰਡਰ AB5 ਐਨਫੋਰਸਮੈਂਟ। ਤੇ ਇਸੇ ਕਰਕੇ ਇੱਕ ਬਹੁਤ ਵੱਡੀ ਕੰਪਨੀ ਜਿਹੜੀ ਯੂਨੀਵਰਸਲ ਲੋਜਿਸਟਿਕਸ ਆ, ਉਹਨਾਂ ਨੇ 2022 ਦੇ ਵਿੱਚ ਜਿੰਨੇ ਵੀ ਉਹਨਾਂ ਦੇ ਇੰਡੀਪੈਂਡੈਂਟ ਕੰਟਰੈਕਟਰ ਸੀ ਉਹਨਾਂ ਨੂੰ ਇੰਪਲਾਈ ਚ ਕਨਵਰਟ ਕਰਤਾ ਸੀ। ਬਿਲਕੁਲ ਭਾਜੀ, ਜਿਹੜੀ ਇਸ ਵੇਲੇ ਇੱਕ ਹੋਰ ਚੀਜ਼ ਦੱਸਦੇ ਆ ਕਿ ਜਿਹੜੀ ਪ੍ਰੈਡੇਟਰੀ ਲੀਸਿੰਗ ਹੈਗੀ ਆ ਜਾਂ ਆਪਣੀ ਲੀਜ਼ ਟੂ ਓਨ ਪ੍ਰੈਡੇਟਰੀ ਲੀਸਿੰਗ ਹੈਗੀ ਆ,
ਉਹਦੀ ਇਸ ਵੇਲੇ ਮੀਟਿੰਗ ਚੱਲ ਰਹੀ ਹੈਗੀ ਹੈ ਤੇ ਆਪਣੇ ਨਾਪਤਾ ਵੱਲੋਂ ਵੀ ਆਪਣੀ ਰਿਪ੍ਰੈਜੈਂਟੇਟਿਵ ਉਹਨਾਂ ਦੇ ਵਿੱਚ ਹੈਗੇ ਆ ਔਰ ਆਪਾਂ ਇਸ ਵੇਲੇ ਉਹ ਮੀਟਿੰਗ ਵੀ ਅਟੈਂਡ ਕਰ ਰਹੇ ਹਾਂ ਜਿਹਦੇ ਵਿੱਚ ਕਿ ਡਿਸਕਸ਼ਨ ਚੱਲ ਰਹੀ ਹੈਗੀ ਕਿ ਕੈਰੀਅਰ ਕਿਸ ਤਰ੍ਹਾਂ ਇਹਨੂੰ ਜਿਹੜਾ ਆ ਉਹ ਕਰ ਸਕਦਾ ਹੈਗਾ ਕਲੀਨ ਕਰ ਸਕਦਾ ਹੈਗਾ ਜਾਂ ਕਿੱਦਾਂ ਉਹਨੂੰ ਕਰਨਾ ਚਾਹੀਦਾ ਸੋ ਉਹ ਵੀ ਨਾਲ ਨਾਲ ਚੱਲ ਰਹੀ ਹੈਗੀ ਹੈ ਜਿਹਦੇ ਵਿੱਚ ਕਿ ਕਾਫੀ ਪੁਆਇੰਟਸ ਜਿਹੜੇ ਆ ਉਹ ਮੈਨੂੰ ਭੇਜੇ ਜਾ ਰਹੇ ਆ ਇਸ ਵੇਲੇ ਕਿ ਕਿਹੜੀ ਕਿਹੜੀ ਚੀਜ਼ ਆ ਡਰਾਈਵਰ ਜਿਹੜੀ ਆ ਲੀਜ਼ ਪਰਚੇਸ ਪ੍ਰੋਗਰਾਮ ਹੈਗਾ ਇੰਪਲੋਇਰ ਵੱਲੋਂ ਦਿੱਤਾ ਗਿਆ ਉਹ ਕੰਟਰੈਕਟ 'ਚ ਕੀ ਹੋਣਾ ਚਾਹੀਦਾ ਕੰਟਰੈਕਟ ਕਿੱਦਾਂ ਰੀਡ ਕਰਨਾ ਚਾਹੀਦਾ ਕੰਟਰੈਕਟ ਡਰਾਈਵਰ ਨੂੰ ਅੰਡਰਸਟੈਂਡ ਹੋਣਾ ਚਾਹੀਦਾ ਬਿਫੋਰ ਦੇ ਸਾਈਨ ਇਟ ਤੇ ਉਹਦੇ ਨਾਲ ਨਾਲ ਜਿਹੜਾ ਆ ਜੀ ਕਾਫੀ ਡੀਟੇਲ ਦੇ ਵਿੱਚ ਗੱਲ ਹੋ ਰਹੀ ਹੈ ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਆਪਾਂ ਉਹਦੇ ਬਾਰੇ 'ਚ ਵੀ ਗੱਲ ਕਰਾਂਗੇ ਪਰ ਜਿੱਦਾਂ ਜਿੱਦਾਂ ਆਪਾਂ ਨੂੰ ਇਨਫੋਰਮੇਸ਼ਨ ਆਈ ਜਾਂਦੀ ਆਪਾਂ ਉਹਦੇ ਵਿੱਚ ਵੀ ਗੱਲ ਕਰੀ ਜਾਵਾਂਗੇ ਨਾਲ ਇੱਕ ਚੀਜ਼ ਜਿਹੜੀ ਸਾਰੇ ਦੇ ਵਿੱਚ ਆ ਜਿਹੜੇ ਆਰਟੀਕਲ ਲਿਖਿਆ ਉਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਟਰੱਕਿੰਗ ਦੇ ਕੋਲ ਹੁਣ ਇੱਕ ਹੀ ਚਾਰਾ ਰਹਿ ਗਿਆ ਆ ਅਦਾਲਤਾਂ ਵਿੱਚ ਤਾਂ AB5 ਨੂੰ ਰਿਪੀਲ ਕਰਨ ਵਾਲੀ ਗੱਲ ਤੇ ਤਕਰੀਬਨ ਕੰਧ ਹੀ ਮੋਹਰੇ ਉਹਨਾਂ ਨੂੰ ਨਜ਼ਰ ਆ ਰਹੀ ਹੈ ਰਾਹ ਬੰਦ ਆ ਕਹਿੰਦੇ ਲੈਜਿਸਲੇਟਿਵ ਤਰੀਕਾ ਹੀ ਜਿਹੜਾ ਇੱਕ ਹੋ ਸਕਦਾ ਆ ਜੇ ਇਹ ਸੋਚਦੇ ਆ ਵੀ ਹਾਂ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਤਾਂ ਸੋ ਕੁਛ ਰਿਪਬਲਿਕਨਸ ਟਰਾਈ ਕਰ ਰਹੇ ਆ AB5 ਨੂੰ ਰਿਪੀਲ ਕਰਨ ਦੇ ਲਈ ਉੱਦਾਂ ਦੇਖਿਆ ਜਾਵੇ ਜਦੋਂ ਗਵਰਨਰ ਨੂੰ ਰਿਪੀਲ ਕਰਨਾ ਹੋਵੇ ਜਿੱਦਾਂ ਹੁਣ ਪ੍ਰੋਪ 47 ਦੇ ਵਿੱਚ ਅਮੈਂਡਮੈਂਟ ਕਰਨ ਦੇ ਲਈ ਬੈਲਟ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਆ ਜੇ ਟਰੱਕਰਸ ਨੂੰ ਲੱਗਦਾ ਆ ਵੀ ਇਹ ਬਹੁਤ ਮਾੜਾ ਆ ਬਹੁਤ ਸਾਰੀ ਦੁਨੀਆ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਆ ਤੇ ਫਿਰ ਤੁਹਾਨੂੰ ਵੀ ਇੱਕ ਬੈਲਟ ਦੇ ਉੱਤੇ ਲਿਆਉਣ ਦੇ ਲਈ ਕੋਈ ਸਾਈਨ ਮੁਹਿੰਮ ਚਲਾਉਣੀ ਚਾਹੀਦੀ ਆ ਜੇ ਅਦਾਲਤਾਂ ਦੇ ਵਿੱਚ ਨਹੀਂ ਤੁਹਾਡਾ ਸਰ ਰਿਹਾ ਤਾਂ ਐਟਲੀਸਟ ਤੁਸੀਂ ਜਨਤਾ ਦੇ ਮੂਹਰੇ ਅਦਾਲਤ ਦੀ ਥਾਂ ਦੇ ਉੱਤੇ ਲੋਕਾਂ ਦੇ ਮੂਹਰੇ ਸਿੱਧਾ ਇਸ ਨੂੰ ਰਿਪੀਲ ਕਰਨ ਦੇ ਲਈ ਜਾਂ ਇਸ ਦੇ ਵਿੱਚ ਅਮੈਂਡਮੈਂਟ ਕਰਾਉਣ ਦੇ ਲਈ ਜ਼ੋਰ ਜਿਹੜਾ ਉਹ ਤੁਸੀਂ ਲਾ ਸਕਦੇ ਆ ਇੱਕ ਦੂਜੇ ਦੇ ਨਾਲ ਫੋਨ ਕਾਲਸ ਦੇ ਵਿੱਚ ਗੱਲ ਕਰਕੇ ਨਹੀਂ ਹੋਣਾ ਜਿਹੜਾ ਕਾਨੂੰਨ ਦੇ ਜ਼ਰੀਏ ਚੀਜ਼ ਬਣ ਗਈ ਆ ਉਸਦਾ ਤੋੜ ਵੀ ਕਾਨੂੰਨ ਦੇ ਜ਼ਰੀਏ ਉਸਦਾ ਤੋੜ ਵੀ ਜਿਹੜਾ ਆ ਉਹ ਲੈਜਿਸਲੇਟਿਵ ਤਰੀਕੇ ਦੇ ਨਾਲ ਹੀ ਤੁਹਾਡੇ ਕੋਲ ਆਉਣਾ ਆ ਸੋ ਉਹਦੇ ਲਈ ਵੀ ਤੁਹਾਨੂੰ ਕੋਈ ਨਾ ਕੋਈ ਮੁਹਿੰਮ ਕਰਨੀ ਚਾਹੀਦੀ 2022 ਦੇ ਵਿੱਚ ਵੀ ਇੱਕ ਕੋਸ਼ਿਸ਼ ਹੋਈ ਸੀ ਪਰ ਬਹੁਤੀ ਕਾਰਗਰ ਸਾਬਤ ਨਹੀਂ ਹੋ ਸਕੀ 2022 ਦੇ ਵਿੱਚ ਸੋਚ ਰਹੇ ਸੀਗੇ ਵੀ AB5 ਨੂੰ ਰਿਪੀਲ ਕਰਨ ਦੇ ਲਈ 2022 ਦੇ ਵਿੱਚ ਬੈਲਟ ਦੇ ਉੱਤੇ ਆ ਸਕਦਾ ਆ ਪਰ ਉਹ ਕੰਮ ਜਿਹੜਾ ਹੋ ਰਿਹਾ ਉਦੋਂ AB5 ਨੂੰ ਰਿਪੀਲ ਕਰਵਾਇਆ ਕਿੰਨਾ ਨੇ ਕਰਵਾਇਆ ਤੁਹਾਨੂੰ ਸਭ ਨੂੰ ਯਾਦ ਦਵਾ ਦਿੰਦੇ ਹਾਂ ਊਬਰ ਲਿਫਟ ਡੋਰ ਡੈਸ਼ ਇਹਨਾਂ ਸਾਰਿਆਂ ਨੇ ਆਪਣੇ ਆਪ ਨੂੰ AB5 ਚੋਂ ਕਢਾ ਲਿਆ ਤੇ ਭਾਈ ਜੇ ਟਰੱਕਿੰਗ ਵਾਲੇ ਵੀ ਚਾਹੁੰਦੇ ਆ ਤੇ ਤੁਹਾਨੂੰ ਵੀ ਕੁਛ ਉਦਾਂ ਦਾ ਹੀ ਫਿਰ ਕਿਤੇ ਨਾ ਕਿਤੇ ਕਰਨਾ ਪੈਣਾ ਆ ਜੇ AB5 ਲੱਗੇ ਤਾਂ ਸਾਰਿਆਂ ਤੇ ਲੱਗੇ ਜੇ ਬਾਕੀ ਐਗਜ਼ੈਂਪਸ਼ਨ ਲੈ ਰਹੇ ਆ ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਤੇ ਫਿਰ ਤੁਹਾਨੂੰ ਵੀ ਫਿਰ ਇਸੇ ਹੀ ਕਾਨੂੰਨ ਦਾ ਸਹਾਰਾ ਲੈਣਾ ਪੈਣਾ ਹੈਗਾ ਆ ਇਹਦੇ ਚ ਨਾ ਰਾਜਕਨਵੀਰ ਸਿੰਘ ਜੀ ਰਮਨ ਜੀ ਮੈਨੂੰ ਕਾਫੀ ਇੰਪੋਸੀਬਲ ਲੱਗਦਾ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਕਿਉਂਕਿ ਯੂਨੀਅਨਸ ਇਹ ਬਿੱਲ ਲੈ ਕੇ ਆਈਆਂ ਤੇ ਯੂਨੀਅਨਸ ਬਹੁਤ ਸਟਰੋਂਗ ਹੈਗੀਆਂ ਤੇ ਦੂਸਰਾ ਲੇਬਰ ਸੈਕਟਰੀ ਨੂੰ ਲੈ ਕੇ ਹੁਣ ਉੱਥੇ ਜਿਹੜੀ ਸਾਡੇ US ਦੀ ਜਿਹੜੀ ਮੇਨ ਲੇਬਰ ਸੈਕਟਰੀ ਉਹਦੀ ਪੋਜੀਸ਼ਨ ਨੂੰ ਲੈ ਕੇ ਕਿੰਨਾ ਰੌਲਾ ਪੈਂਦਾ ਅਲਟੀਮੇਟਲੀ ਜਿਹੜਾ ਇਹ ਰੂਲ ਆ ਕੈਲੀਫੋਰਨੀਆ ਤੋਂ ਬਾਹਰ ਸਾਰੀਆਂ ਸਟੇਟਾਂ ਚ ਲਾਗੂ ਹੋਏ ਜਾਣਾ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜੇ ਐਜ਼ ਏ ਇੰਪਲੋਈ ਆ ਤੁਹਾਨੂੰ ਐਜ਼ ਏ ਇੰਪਲੋਈ ਮਿਲਣਾ ਚਾਹੀਦਾ ਆ ਕੰਮ ਉਹ ਇੰਪਲੋਈ ਹੀ ਗਿਣਿਆ ਜਾਣਾ ਚਾਹੀਦਾ ਆ ਹਾਂ ਸਿਰਫ ਟੈਕਸ ਬਚਾਉਣ ਦੀ ਖਾਤਰ ਤੁਸੀਂ ਆਪਣੇ ਆਪ ਨੂੰ ਕਹੋ ਵੀ ਮੈਂ ਇੰਪਲੋਈ ਨਹੀਂ ਮੈਂ 1099 ਤੇ ਕੰਮ ਕਰ ਲੂੰ ਮੈਂ ਕਾਰਪੋਰੇਸ਼ਨ ਬਣਾ ਲੂੰ ਪਰ ਫਿਰ ਉਹ ਵੀ ਕਾਨੂੰਨ ਨੂੰ ਛਿੱਕੇ ਟੰਗਣ ਵਾਲੀ ਗੱਲ ਆ ਸੋ ਇਹ ਚੀਜ਼ਾਂ ਜਿਹੜਾ ਨਾ ਆਪ ਕਲੈਰਿਟੀ ਜਿਹੜੀ ਹੋਣੀ ਚਾਹੀਦੀ ਜੀ ਰਮਨ ਜੀ ਰਾਜਕਿਰਨ ਦੇ ਹਰਜੋਤ ਭਾਜੀ ਐਕਚੁਅਲ ਦੇ ਵਿੱਚ ਡਿਪਾਰਟਮੈਂਟ ਆਫ ਲੇਬਰ ਦਾ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਦਾ ਲਾਅ ਆ ਮਾਰਚ 18 ਤੋਂ ਲਾਗੂ ਹੋ ਚੁੱਕਾ ਸੋ ਇਹ ਉਹ ਆਪਾਂ ਇਹ ਨਹੀਂ ਸੋਚ ਸਕਦੇ ਵੀ ਇਹ ਆ ਰਿਹਾ ਜਾਂ ਆ ਜਾਣਾ ਜਾਂ ਹੋ ਜਾਣਾ ਇਹ ਆਲਰੇਡੀ ਮਾਰਚ 18 ਤੋਂ ਫੈਡਰਲ ਲੈਵਲ ਤੇ ਡਿਪਾਰਟਮੈਂਟ ਆਫ ਲੇਬਰ ਦੇ ਵਿੱਚ ਇਹ ਲਾਗੂ ਹੋ ਚੁੱਕਾ ਸੋ ਜਿਹੜੀ ਇੰਡੀਪੈਂਡੈਂਟ ਕੰਟਰੈਕਟਰ ਨੂੰ ਵੈਰੀਫਾਈ ਕਰਨਾ ਜਿਹੜਾ ਉਹ ਇੱਥੇ ਆਪਣਾ ABC ਟੈਸਟ ਥੋੜਾ ਸਟ੍ਰਿਕਟ ਹੈਗਾ ਉੱਥੇ ਵਾਲਾ ਜਿਹੜਾ ਹੈਗਾ ਉਹ ਥੋੜਾ ਜਿਹਾ ਲੀਨੀਅੰਟ ਹੈਗਾ ਪਰ ਇਹ ਆਲਰੇਡੀ ਉਸ ਲੈਵਲ ਤੇ ਆ ਚੁੱਕਾ ਹੈਗਾ ਸੋ ਇਹਦਾ ਕੋਈ ਆਪਣਾ ਉਹ ਆਪਾਂ ਨਹੀਂ ਕਹਿ ਸਕਦੇ ਕਿ ਕੱਲ ਨੂੰ ਆਪਣੇ ਜਿਹੜੇ ਬਾਹਰ ਕੰਪਨੀਆਂ ਮੂਵ ਹੋ ਰਹੀਆਂ ਹੈਗੀਆਂ ਦੇ ਆਰ ਸੇਫ ਫਰੋਮ ਦਿਸ ਲਾਅ ਠੀਕ ਹੈ ਨਾ ਸੋ ਮੇਰੇ ਕਹਿਣ ਦਾ ਭਾਵ ਇਹ ਆ ਜਿੱਦਾਂ ਰਾਜਕਿਰਨ ਤੁਸੀਂ ਗੱਲ ਕੀਤੀ ਹੈ ਨਾ ਕਿ ਆਪਣਾ ਜਿਹੜਾ ਇੰਪਲੋਈ ਆ ਇੰਪਲੋਈ ਨੂੰ ਇੰਪਲੋਈ ਦਾ ਦਰਜਾ ਮਿਲਣਾ ਚਾਹੀਦਾ ਠੀਕ ਹੈ ਪਰ ਜੇ ਇੰਪਲੋਈ ਖੁਦ ਉਹ ਦਰਜਾ ਨਹੀਂ ਲੈਣਾ ਚਾਹੁੰਦਾ ਤਾਂ ਫਿਰ ਕੀ ਹੋਊਗਾ ਉਹਦਾ ਇਹ ਵੀ ਸੋਚਣ ਵਾਲੀ ਗੱਲ ਹੈ ਨਾ ਕਿ ਅਸੀਂ
मैं बार बार ये गल कही हैगी आ कि यह जिहड़ा लॉ हैगा यह कंपनीज वास्ते हैगा, कंपनीज ने डिसाइड करना कि उन्होंने जिहड़ा हायर किया बंदा उन्हू इंडिपेंडेंट कॉन्ट्रैक्टर करना या उन्हू इंप्लॉय करना। जिहड़ा एक इंडिपेंडेंट कॉन्ट्रैक्टर हैगा वह अपने आप दे विच इंडिपेंडेंट कॉन्ट्रैक्टर रह सकदा जे वह मल्टीपल ब्रोकर्स दे नाल काम करदा आ जी, और अपनी जिहड़ियां मिनिमम शर्तां पूरियां करदा आ अपना इक्विपमेंट आ उहदे लई कोई प्रॉब्लम नहीं हैगी। एक इस चीज नूं गलत ढंग दे नाल पेश कीता जा रहा, इहनूं समझो जे तुसीं इंडिपेंडेंट कॉन्ट्रैक्टर हैगे आ, तुसीं अपना ओनर ऑपरेटर हैगे आ और तुसीं मल्टीपल ब्रोकर दे नाल काम करदे हैगे आ, ते तुहानूं इस लॉ दा कोई मतलब नहीं हैगा। इह सिर्फ ते सिर्फ ओह जिहड़ा कंपनीज वास्ते आ कि जिहड़ियां कंपनीज ओनर ऑपरेटर हायर करदियां उहनां नूं इह मेक श्योर करना पैणा कि इह किवें उहनां ने हैंडल करना आ। सो इहदे च डिफरेंट डिफरेंट तरीके हैगे आ, डिफरेंट डिफरेंट इशूज खड़े हुंदे आ। सो टू चैक सिस्टम जिहड़ा आ ਉਹ ਵੀ ਕਾਫੀ ਗੋਰੇ ਦੀਆਂ ਕੰਪਨੀਆਂ ਨੇ ਅਡਾਪਟ ਕੀਤਾ ਆ ਹੁਣ। ਸੋ ਟੂ ਚੈੱਕ ਸਿਸਟਮ ਦੇ ਉੱਤੇ ਚੱਲ ਰਹੀਆਂ ਹੈਗੀਆਂ ਤੇ ਇਹ 'ਚ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਕੰਮ ਕਰਨਾ ਪੈਣਾ ਹੈਗਾ ਜੇ ਤੁਸੀਂ ਓਨਰ ਓਪਰੇਟਰ ਨੂੰ ਹਾਇਰ ਕਰ ਰਹੇ ਆ। ਓਨਰ ਓਪਰੇਟਰ ਦੀ ਵਰਕਰਸ ਕਾਂਪ, ਓਨਰ ਓਪਰੇਟਰ ਦੀ ਇੰਸ਼ੋਰੈਂਸ, ਓਨਰ ਓਪਰੇਟਰ ਦੀ ਕੰਪਲਾਇੰਸ, ਸਾਰੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਪੈਣੀਆਂ ਕੰਪਨੀ ਨੂੰ ਜੇ ਇਫ ਯੂ ਵਾਂਟ ਟੂ ਡੂ ਦੈਟ, ਹੈ ਨਾ। ਤੇ ਡਬਲ ਚੈੱਕ ਜਿਹੜਾ ਟੂ ਚੈੱਕ ਸਿਸਟਮ ਦੇ ਉੱਤੇ ਜਾਣਾ ਪੈਣਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਨਾਟ ਈਜ਼ੀ ਇਨਫ ਹੈਗੀਆਂ ਟੂ ਜੇ ਤੁਸੀਂ ਇਹ ਬਿਜ਼ਨਸ ਮਾਡਲ 'ਚ ਕੰਮ ਕਰਨਾ। ਬਾਕੀ ਮੈਂ ਫਿਰ ਅਗੇਨ ਦੁਬਾਰਾ ਇਹ ਗੱਲ ਦੁਹਰਾਉਣਾ ਕਿ ਇਹ ਜਿਹੜਾ ਲਾਅ ਹੈਗਾ ਏ ਬੀ 5 ਇਹ ਇੰਪਲੋਇਰ ਵਾਸਤੇ ਲਾਅ ਹੈਗਾ ਜਿਹਨੇ ਅੱਗੇ ਇੰਪਲੋਈਜ਼ ਹਾਇਰ ਕਰਨੇ ਹੈਗੇ ਜਾਂ ਇੰਡੀਪੈਂਡੈਂਟ ਕੰਟਰੈਕਟਰ ਹਾਇਰ ਕਰਨੇ, ਇਹ ਉਹਨਾਂ ਦੇ ਵਾਸਤੇ ਲਾਅ ਹੈਗਾ। ਸੋ ਆਈ ਡੋਂਟ ਨੋ ਕਿ ਇਹ ਬਹੁਤ ਘੁਮਾ ਫਰਾ ਕੇ ਇਹਨੂੰ ਲਾਅ ਨੂੰ ਪੇਸ਼ ਕੀਤਾ ਜਾ ਰਿਹਾ ਜਿਹਦੇ ਕਰਕੇ ਇਹ ਜ਼ਿਆਦਾ ਇਸ਼ੂ ਜਿਹੜਾ ਖੜਾ ਹੋਇਆ। ਜੀ ਬਿਲਕੁਲ, ਆਪਾਂ ਉਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਜੋਤ ਸਿੰਘ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂਜੀ, ਮੈਂ ਵੈਸੇ ਪਹਿਲਾਂ ਸਟਾਰਟਿੰਗ ਦੇ ਵਿੱਚ ਸੁਣੀ, ਫਿਰ ਮੈਂ ਕਾਲ ਲਈ ਤੇ ਮੈਨੂੰ ਬਾਅਦ ਚ ਵੈਸੇ ਕਲੀਅਰ ਹੋ ਗਿਆ, ਫਿਰ ਵੀ ਮਾੜਾ ਜਿਹਾ ਪੁੱਛ ਲੈਣਾ ਮੈਂ ਰਮਨ ਭਾਜੀ ਨੂੰ ਜੀ ਵੀ ਜਿਹੜੇ ਓਨਰ ਆਪਰੇਟਰ ਸਿੰਗਲ ਟਰੈਕ ਹੈ ਤੇ ਐਲ ਐਲ ਸੀ ਵੀ ਨੀ, ਇੰਕ ਵੀ ਨੀ, ਉਹਨਾਂ ਤੇ ਵੀ ਇਹ ਲਾਗੂ ਹੁੰਦਾ ਹੈ ਜੀ? ਹਾਂਜੀ, ਮੈਂ ਉਹੀ ਗੱਲ ਹੁਣੇ ਕਹਿ ਕੇ ਹਟਿਆ ਕਿ ਜੇ ਤੁਸੀਂ ਮਲਟੀਪਲ ਬ੍ਰੋਕਰ ਦੇ ਨਾਲ ਕੰਮ ਕਰਦੇ ਹੈਗੇ ਆ ਇਹ ਲਾਭ ਤੁਹਾਡੇ ਵਾਸਤੇ ਨਹੀਂ ਗਾ। ਜੇ ਤੁਸੀਂ ਕੰਪਨੀ ਜੇ ਤੁਸੀਂ ਕਿਸੇ ਟਰੈਕਿੰਗ ਕੰਪਨੀ ਨਾਲ ਕੰਮ ਕਰਦੇ ਆ ਤੇ ਉਸ ਟਰੈਕਿੰਗ ਕੰਪਨੀ ਦੀ ਪ੍ਰੋਬਲਮ ਆ, ਇਹ ਤੁਹਾਡੀ ਨਹੀਂ। ਉਸ ਟਰੈਕਿੰਗ ਕੰਪਨੀ ਨੂੰ ਆਪਣੇ ਜਿਹੜੀ ਬਿਜ਼ਨਸ ਆ, ਬਿਜ਼ਨਸ ਮਾਡਲ ਆ, ਉਹ ਚੇਂਜ ਕਰਨਾ ਪੈਣਾ ਆ। ਇਹ ਤੁਹਾਡੇ ਲਈ ਤੁਸੀਂ ਕੰਮ ਕਰ ਰਹੇ ਆ, ਠੀਕ ਆ, ਠੀਕ ਹੈ ਨਾ, ਪਰ ਜਿਹੜੀ ਕੰਪਨੀ ਤੁਹਾਨੂੰ ਹਾਇਰ ਕਰ ਰਹੀ ਹੈ ਉਹਦੀ ਜ਼ਿੰਮੇਵਾਰੀ ਆ ਕਿ ਤੁਹਾਨੂੰ ਉਹਨੇ ਕਿੱਦਾਂ ਰੱਖਣਾ ਆ, ਤੁਹਾਨੂੰ ਉਹਨੇ ਇੰਪਲੋਈ ਦੇ ਤੌਰ ਤੇ ਰੱਖਣਾ ਜਾਂ ਤੁਹਾਨੂੰ ਉਹਨੇ ਇੰਡੀਪੈਂਡੈਂਟ ਕੰਟਰੈਕਟਰ ਦੇ ਤੌਰ ਤੇ ਰੱਖਣਾ। ਹੁਣ ਜਿੱਦਾਂ ਇਹ ਜਿੱਦਾਂ ਤੁਸੀਂ ਕਹਿੰਦੇ ਵੀ ਜੇ ਉਹ ਇੱਕੋ ਦੇ ਨਾਲ ਹੀ ਇਹ ਵਾਲੇ ਜਿੱਦਾਂ ਇਹਨਾਂ ਨੇ ਕਾਲ ਕੀਤੀ ਇਹ ਜਾਣੇ ਸਿਰਫ ਇੱਕੋ ਹੀ ਕੰਪਨੀ ਦੇ ਨਾਲ ਕਰੀ ਜਾ ਰਹੇ ਆ ਕਿ ਫਿਰ ਵੀ ਏ ਬੀ ਸੀ ਦੇ ਤਹਿਤ ਲੱਗਦੇ ਆ ਵੀ ਇਹ ਇੰਡੀਪੈਂਡੈਂਟ ਕੰਟਰੈਕਟਰ ਆ ਕਿ ਨਹੀਂ? ਨਹੀਂ, ਉਹ ਫਿਰ ਕੰਪਨੀ ਦੀ ਪ੍ਰੋਬਲਮ ਹੈ ਨਾ ਕਿ ਜਿਹੜੇ ਹੁਣ ਆਪਾਂ ਜਦੋਂ ਏ ਬੀ ਸੀ ਟੈਸਟ ਦੀ ਗੱਲ ਕੀਤੀ ਆ, ਏ ਬੀ ਸੀ ਟੈਸਟ ਦੇ ਵਿੱਚ ਜਿਹੜਾ ਫਸਟ ਆਉਂਦੀ ਆ, ਪ੍ਰੋਂਗ ਆਉਂਦੀ ਆ ਕਿ ਡਾਇਰੈਕਟ ਕੰਟਰੋਲ ਦੇ ਵਿੱਚ ਹੈਗੇ ਆ, ਤੁਸੀਂ ਕਿਸੇ ਦੇ ਸਟਿੱਕਰ ਲਾਏ ਹੈਗੇ ਆ, ਤੁਸੀਂ ਕਿਸੇ ਦੀ ਐਮ ਸੀ ਯੂਜ਼ ਕਰ ਰਹੇ ਆ, ਤੁਸੀਂ ਉਹਨਾਂ ਦੇ ਡਾਇਰੈਕਟ ਕੰਟਰੋਲ 'ਚ ਹੈਗੇ ਆ, ਤੁਸੀਂ ਬਾਹਰੋਂ ਕਿਤੇ ਲੋਡ ਨਹੀਂ ਚੱਕ ਸਕਦੇ, ਤੁਸੀਂ ਉਹਨਾਂ ਦੀਆਂ ਦਿੱਤੀਆਂ ਡਾਇਰੈਕਸ਼ਨਾਂ 'ਤੇ ਜਾਂਦੇ ਆ, ਜਿੱਥੇ ਪਿੱਕ ਕਰਨਾ ਉੱਥੇ ਜਾਂਦੇ ਆ, ਜਿੱਥੇ ਡਰੋਪ ਕਰਨਾ ਉੱਥੇ ਜਾਂਦੇ ਆ, ਸੋ ਯੂਅਰ ਡਾਇਰੈਕਟ ਕੰਟਰੋਲ ਹੈਗਾ। ਦੂਸਰਾ ਜਿਹੜੀ ਪ੍ਰੋਂਗ ਬੀ ਹੈਗੀ ਆ ਉਹ ਵੀ ਟਰੈਕਿੰਗ ਕੰਪਨੀ ਆ, ਤੁਸੀਂ ਵੀ ਟਰੈਕਿੰਗ ਕੰਪਨੀ ਆ, ਯੂ ਆਰ ਇਨ ਦਾ ਸੇਮ ਲਾਈਨ ਆਫ ਬਿਜ਼ਨਸ। ਸੋ ਏ ਬੀ ਸੀ ਟੈਸਟ ਤੁਹਾਡੇ ਤੇ 100% ਜਿਹੜਾ ਲਾਗੂ ਨਹੀਂ ਹੁੰਦਾ। ਸੋ ਇਹ ਜਿਹੜਾ ਲਾਅ ਆ ਇਹ ਉਸ ਕੰਪਨੀ ਨੂੰ ਕਹਿਣਾ ਆ ਕਿ ਜੇ ਏਦਾਂ ਦਾ ਕੋਈ ਬੰਦਾ ਜਿਹਦੇ ਤੇ ਜਿਹਦੇ ਨਾਲ ਤੁਸੀਂ ਡਾਇਰੈਕਟ ਕੰਟਰੋਲ ਦੇ ਵਿੱਚ ਆ, ਸੇਮ ਬਿਜ਼ਨਸ ਆ, ਤੁਹਾਨੂੰ ਉਸ ਬੰਦੇ ਨੂੰ ਐਜ਼ ਆ ਇੰਪਲੋਈ ਰੱਖਣਾ ਪੈਣਾ ਆ, ਤੁਹਾਨੂੰ ਉਸ ਬੰਦੇ ਨੂੰ ਪੇ ਰੋਲ ਦਿਖਾਉਣਾ ਪੈਣਾ, ਸਾਰਾ ਕੁਛ ਕਰਨਾ ਪੈਣਾ। ਯੂ ਕੈਨ ਨਾਟ ਹਾਇਰ ਦੈਮ ਐਜ਼ ਆ ਇੰਡੀਪੈਂਡੈਂਟ ਕੰਟਰੈਕਟਰ। ਜੀ ਜੀ।